ਕਿੱਧਰ ਗਏ? ਲੋਕ ਗਏ ਆ ਮਮੰਦਰ ਲਈ ਅਤੇ ਉਮਰ ਨੂੰ ਛੱਡਣ। ਅਤੇ ਦੋਸਤੋ ਭਰਾਓ ਕਾਂ ਬੋਲਦਾ ਪਿਆ, ਲੱਗਦਾ ਕੋਈ ਮਹਿਮਾਨ ਆਉਣੇ ਨੇ ਅੱਜ ਡੇਰੇ। ਯਾਰ ਮਮਨ ਦੀ ਇੰਜੇ ਨਹੀਂ ਗੱਲ, ਵੱਡੇ ਵਡੇਰੇ ਯਾਰ ਅਕਸਰ ਗੱਲ ਇਹੀ। ਅੱਛਾ, ਅਕਸਰ ਗੱਲ ਇਹੀ ਹੁੰਦੀ ਹੈ। ਅਤੇ ਦੋਸਤੋ ਭਰਾਓ ਰੋਜ਼ਾਨਾ ਹੋ ਗਿਆ, ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ ਜੀ। ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਹੱਸਦਿਆਂ ਮੁਸਕਰਾਉਂਦਿਆਂ ਰੱਖੇ। ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਣੇ ਸ਼ੁਰੂ। ਜਿਤਨੇ ਵੀ ਦੋਸਤ ਸਾਡੇ ਚੈਨਲ 'ਤੇ ਅੱਜ ਪਹਿਲੀ ਦਫ਼ਾ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਵੀ ਕਰੋ, ਦੋਸਤਾਂ ਵਿੱਚ ਵੀ ਸ਼ੇਅਰ ਕਰੋ ਅਤੇ ਇੱਕ ਪਿਆਰਾ ਜਿਹਾ ਕਮੈਂਟਸ ਕਰੋ। ਅਤੇ ਕੱਲ੍ਹ ਕਬੂਤਰਾਂ ਵਾਲੀ ਵੀਡੀਓ ਦੀ ਸਟਾਰਟਿੰਗ ਵੀ ਨਹੀਂ ਕੀਤੀ, ਐਂਡਿੰਗ ਵੀ ਨਹੀਂ ਕੀਤੀ। ਸਟਾਰਟਿੰਗ ਵੀ ਆ ਹੁਣ ਕਰਨੇ ਆਪੇ, ਅਤੇ ਐਂਡਿੰਗ ਵੀ ਇਹਦੇ ਵਿੱਚ ਹੀ ਹੋਵੇ ਜੀ। ਇਸ ਵੀਡੀਓ ਤੋਂ ਬਾਅਦ ਤੁਸੀਂ ਜਿਹੜੇ ਕਬੂਤਰ ਕੱਲ ਬੈਠੇ ਉਹਨਾਂ ਦੇ ਬਹਿਣੇ ਦਾ ਟਾਈਮ ਸ਼ਾਇਮ ਦੇਖੋ ਅਤੇ ਉਹਨਾਂ ਦੇ ਬਹਿਣੇ ਦੀ ਵੀਡੀਓ ਦੇਖੋ ਦੇ। ਅਤੇ ਬਾਕੀ ਕੱਲ੍ਹ ਕਾਫੀ ਬੈਡ ਲੱਕ ਚੱਲ ਰਹੀ ਹੈ, ਕਬੂਤਰ ਬੈਠੇ ਜਿਹੜੇ ਉਸਤਾਦ ਉਹਨਾਂ ਲਾਉਣ ਵਾਸਤੇ ਅਗਾਂਹ ਵੇਖਦੇ, ਅਤੇ ਉਹ ਵੀ ਉੱਡ ਗਏ ਨੇ ਉੱਪਰੋਂ ਨਾਲ ਨੂੰ। ਫਿਰ ਇੱਕ ਮਾਦੀ ਆਈ ਹੈ ਛੱਟੇ ਨੰਬਰ 'ਤੇ ਪੈਣ ਵਾਸਤੇ, ਉਹ ਵੀ ਉਹ ਦੋ ਕਬੂਤਰਾਂ ਨੂੰ ਨਾਲ ਲਾ ਕੇ ਫਿਰ ਬੈਠੇ ਨਹੀਂ, ਤਾਂ ਫਿਰ ਦੁਬਾਰਾ ਚਲੇ ਗਏ ਨੇ। ਦੁਬਾਰਾ ਉਹਨਾਂ ਵਿੱਚ ਇੱਕ ਕਬੂਤਰ ਵਾਪਸ ਬਹਿ ਗਿਆ ਜਾਂ ਫੈਸਲ ਵਾਲਾ, ਅਤੇ ਇੱਕ ਜਿਹੜਾ ਦੂਸਰੇ ਨੰਬਰ 'ਤੇ ਬੈਠਾ 638 'ਤੇ ਉਹ ਨਹੀਂ ਬੈਠਾ, ਉਹਦਾ ਫਿਰ ਭਾਅ ਜੀ ਟਾਈਮ ਵੀ ਕਢਾ ਸਕਿਆ, ਕਿਉਂਕਿ ਉਹ ਦੁਬਾਰਾ ਆ ਕੇ ਬਹਿੰਦਾ ਉਹਦਾ ਟਾਈਮ ਤਾਂ ਹੀ ਮਿਲ ਸਕਦਾ ਨਾ, ਜ਼ਾਹਿਰ ਮੁਨਸਫ ਨੇ ਚੈੱਕ ਕਰਨਾ ਹੁੰਦਾ। ਅਤੇ ਫਿਰ ਚਾਰ ਕਬੂਤਰਾਂ ਦਾ ਟਾਈਮ ਮਿਲਿਆ ਸੀ, ਅਤੇ ਬਾਕੀ ਵੀ 9-10 ਤੱਕ ਕਬੂਤਰ ਫਿਰਦੇ ਰਹੇ ਨੇ, ਫਿਰ ਉਹਨਾਂ ਕੋਲ ਬਹਿਣ ਨਹੀਂ ਹੋਇਆ। ਠੀਕ ਹੈ, ਇੱਕ ਜਿਹੜਾ ਬਹਿ ਕੇ ਦੁਬਾਰਾ ਉੱਠਿਆ ਉਹ ਵੀ, ਅਤੇ ਬਾਕੀ ਜਿਹੜੇ ਦੂਸਰੇ ਦੋ, ਇੱਕ ਮਾਦੀ ਅਤੇ ਇੱਕ ਹਾਲਾਂਕਿ ਕਬੂਤਰ ਪਹਿਲੀ ਦਫ਼ਾ ਹੀ ਉੱਡ ਰਿਹਾ, ਉਹ ਦੋ ਬਲਕਿ ਪਹਿਲੀ ਦਫ਼ਾ ਉੱਡ ਰਹੇ, ਅਤੇ ਉਹ ਫਿਰ ਨਹੀਂ ਬੈਠ ਸਕੇ ਕਿ ਕਾਫੀ ਦੇਰ ਤੱਕ ਫਿਰਦੇ ਨੇ, ਕਿਉਂਕਿ ਨੇੜੇ ਹੀ ਹੈਗਾ ਪਿਛਾਂ ਦੋਸਤਾਂ ਭਰਾਵਾਂ ਦੇ ਟਾਏ ਚੜ੍ਹ ਗਏ ਨੇ, ਨਹੀਂ ਕਿ ਉਹਨਾਂ ਪਰ ਤਾਂ ਉਹਨਾਂ ਮਾਦੀ ਹੁਣ ਜਾ ਗਈ ਹੈ, ਉਹ ਬਹਿ ਗਈ ਹੈ। ਠੀਕ ਹੈ, ਅਤੇ ਬਾਕੀ ਜਿਹੜਾ ਇੱਕ ਬਹਿ ਕੇ ਉੱਠਿਆ ਉਹ ਵੀ ਨਹੀਂ ਆਇਆ, ਅਤੇ ਇੱਕ ਜਿਹੜਾ ਬੈਠਾ ਹੀ ਨਹੀਂ ਆਇਆ, ਉਹ ਵੀ ਨਜ਼ਰ ਉਹ ਵੀ ਆ ਰਿਹਾ ਆ। ਲਾਈਟਾਂ 'ਚ ਕਾਫੀ ਦੇਰ ਫਿਰਦੇ ਰਹੇ ਨੇ, ਫਿਰ ਕਿਸਮਤ ਨੇ ਸਾਥ ਨਹੀਂ ਦਿੱਤਾ। ਅਤੇ ਬਾਕੀ ਹੁਣ ਕੱਲ੍ਹ ਵਾਲੀ ਫਿਰਤ ਪਾਸੇ ਦੁਆ ਕਰਿਓ, ਅਤੇ ਤੁਸੀਂ ਇਹ ਕਬੂਤਰਾਂ ਦੇ ਬਹਿਣ ਦੀ ਵੀਡੀਓ ਦੇਖੋ, ਤੁਹਾਨੂੰ ਵੀਡੀਓ ਚੰਗੀ ਲੱਗੇਗੀ। ਅਤੇ ਜ਼ਿੰਦਗੀ ਦੀ ਅਗਲੀ ਵੀਡੀਓ ਫਿਰ ਮਿਲ ਪਾਵਾਂਗੇ, ਜਿਸ ਟਾਈਮ ਮੈਂ ਕਬੂਤਰਾਂ 'ਚ ਤੁਸੀਂ ਵੀਡੀਓ ਵੇਖ ਲਓ, ਉਹਦੇ 'ਤੇ ਅੱਲਾਹ ਦੇ ਵਾਲੇ ਹੋ ਜਾਣਗੇ। ਓਕੇ ਫਿਰ। ਮਾਸ਼ਾ ਅੱਲਾਹ ਦੋਸਤੋ, ਤਾਂ ਭਰਾਓ ਪਹਿਲਾਂ ਕਬੂਤਰ ਬਹਿਣੇ ਦੇ ਕਰੀਬ ਆਉਂਦਾ ਹੈ, ਵੈਲ ਤੂੰ ਨੱਸਦਾ ਆ ਰਿਹਾ, ਥੋੜ੍ਹੀ ਦੇਰ ਬਾਅਦ ਸਕਰੀਨ ਵਿੱਚ ਆ ਜਾਂਦਾ ਹੈ। ਮਾਸ਼ਾ ਅੱਲਾਹ ਬੜੀ ਅੱਛੀ ਪਰਵਾਜ਼ ਦਿੱਤੀ ਸੋ, ਮਾਸ਼ਾ ਅੱਲਾਹ ਜੀ ਪਹਿਲਾਂ ਪਰਿੰਦਾ ਬਹਿੰਦਾ ਪਿਆ। ਮਾਸ਼ਾ ਅੱਲਾਹ ਜੀ, ਛੇ 18-31। ਮਾਸ਼ਾ ਅੱਲਾਹ ਦੋਸਤੋ ਤੇ ਭਰਾਓ, ਅੱਜ ਦਾ ਦੂਜਾ ਪਰਿੰਦਾ ਬਹਿੰਦਾ ਪਿਆ। ਮਾਸ਼ਾ ਅੱਲਾਹ ਜੀ ਬੜੀ ਅੱਛੀ ਪਰਵਾਜ਼ ਦੇ ਕੇ ਆ ਰਿਹਾ। ਮਾਸ਼ਾ ਅੱਲਾਹ, ਮਾਸ਼ਾ ਅੱਲਾਹ ਜੀ ਬਿਲਕੁਲ ਬੈਠਣ ਦੇ ਕਰੀਬ। ਅਠੱਤੀ ਚਾਲੀ
6:38:40 ਮਾਸ਼ਾਅੱਲਾ ਦੋਸਤੋ ਤੇ ਭਰਾਓ ਤੀਜਾ ਕਬੂਤਰ ਮਾਸ਼ਾਅੱਲਾ ਦੋਸਤੋ ਤੇ ਭਰਾਓ ਤੀਜਾ ਕਬੂਤਰ ਬਹਿਣੇ ਦੇ ਕਰੀਬ ਹੈ ਬਾਕੀ ਉੱਪਰ ਦੂਜੇ ਵੀ ਲੰਬੇ ਨੇ ਪਏ ਇੱਕ ਦੋ ਉੱਚੇ ਨੇ ਜ਼ਰਾ ਜੂੰ ਜੂੰ ਬਹਿਣ ਦੇ ਤੇ ਇਹਨਾਂ ਦੀ ਵੀਡੀਓ ਬਣਾਉਂਦੇ ਹਾਂ ਦੋਸਤੋ ਭਰਾਓ ਤੀਸਰਾ ਕਬੂਤਰ ਮਾਸ਼ਾਅੱਲਾ ਬਹਿਣੇ ਦੇ ਕਰੀਬ ਆਏ ਹੈ ਡਬਲ ਮੋਰ ਮਾਸ਼ਾਅੱਲਾ ਬਹਿ ਗਿਆ ਜੀ 7:12:10 ਮਾਸ਼ਾਅੱਲਾ ਦੋਸਤੋ ਤੇ ਭਰਾਓ ਪੰਜਵਾਂ ਕਬੂਤਰ ਬਹਿੰਦਾ ਪਿਆ ਥੋੜ੍ਹੀ ਦੇਰ ਵੀਡੀਓ ਰੋਕਦੇ ਹਾਂ ਇਹ ਕਾਫੀ ਦੇਰ ਦਾ ਫਿਰਦਾ ਪਿਆ ਲਾਈਟਾਂ 'ਚ ਮਾਸ਼ਾਅੱਲਾ ਜੀ 7:33 ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਉਸਤਾਦ ਚੌਧਰੀ ਹੁਰਮ ਛੱਤ ਪੀਰ ਫਵਾਦ ਜ਼ਿਮ ਅਮਰਾ ਕਲਾਂ ਚਾਰ ਪਰਿੰਦੇ ਬੈਠੇ ਨੇ ਬੈਠੇ 5 ਇੱਕ ਬਹਿ ਕੇ ਉੱਡ ਗਿਆ 6:38 ਅਤੇ ਨਜ਼ੀਰਾ ਸ਼ਰਮੀਲਾ ਦੂਸਰੇ ਨੰਬਰ 'ਤੇ ਬੈਠਾ ਆ ਉਹ ਫਿਰ ਪਰਤ ਕੇ ਨਹੀਂ ਬੈਠਾ ਕਿਉਂਕਿ ਦੁਬਾਰਾ ਉਹ ਬਹਿੰਦਾ ਅਤੇ ਉਹਦਾ ਤਾਂ ਟਾਈਮ ਹੀ ਨਹਾਉਣ ਆਇਆ ਉਹ ਦੋਸਤ ਭਰਾ ਜਿਹਨਾਂ ਵੱਲ ਪੋਸਟ ਗਈ ਹੈ ਉਹ ਫਿਰ ਕੱਟ ਸਕਣ ਕਿਉਂਕਿ ਉਹ ਤਰਹਿ ਕੇ ਉੱਡ ਗਿਆ ਬਹਿ ਨਹੀਂ ਸਕਿਆ ਅਤੇ ਬਾਕੀ ਹੈ ਡਬਲ ਮੋਰ ਜੇ ਅਤੇ ਬਾਕੀ
ਤੁਸੀਂ ਮੋਹਰਾਂ ਚੈੱਕ ਕਰਕੇ ਕਿਹੜੀ ਛੱਤ ਤੋਂ ਆਇਓ? ਠੀਕ ਹੋ ਠੀਕ ਹੈ ਦੋਸਤੋ ਭਰਾਓ, ਅੱਲਾ ਦੇ ਵਾਲੇ ਦੁਆ ਕਰਿਓ ਅਗਲੀ ਫਿਰਤ ਵਾਸਤੇ।